ਤਰਨਾ ਦੇ ਰਹੇ ਪਹਿਲਵਾਨਾਂ ਨੂੰ ਓਪਨ ਟ੍ਰਾਇਲ ਦੇ ਵਿੱਚ ਰਾਹਤ ਮਿਲ ਗਈ ਹੈ। ਬਜਰੰਗ ਪੁਨੀਆ, ਵਿਨੇਸ਼ ਫੋਗਾਟ ਸਣੇ 6 ਪਹਿਲਵਾਨਾਂ ਨੂੰ ਏਸ਼ੀਅਨ ਗੇਮਸ ਦੇ ਲਈ ਇਹ ਰਾਹਤ ਦਿੱਤੀ ਗਈ ਹੈ। ਦਰਅਸਲ ਵੀਰਵਾਰ ਨੂੰ ਕੇਂਦਰੀ ਖੇਡ ਮੰਤਰਾਲੇ ਨੇ ਓਪਨ ਟ੍ਰਾਇਲ ਤੋਂ ਵਿਰੋਧ ਤੇ ਬੈਠੇ ਦੇਸ਼ ਦੇ ਚੋਟੀ ਦੇ 6 ਪਹਿਲਵਾਨਾਂ ਨੂੰ ਰਾਹਤ ਦਿੱਤੀ ਹੈ, ਜਿਸ ਦਾ ਮਤਲਬ ਹੈ ਕਿ ਇਹਨਾਂ ਪਹਿਲਵਾਨਾਂ ਨੂੰ ਏਸ਼ੀਆਈ ਖੇਡਾਂ ਦੇ ਵਿੱਚ ਓਪਨ ਟ੍ਰਾਇਲ 'ਚ ਹਿੱਸਾ ਨਹੀਂ ਲੈਣਾ ਪਵੇਗਾ। ਪ੍ਰਦਰਸ਼ਨ ਕਰਨ ਵਾਲਿਆਂ 'ਚ ਬਜਰੰਗ ਪੁਨੀਆ, ਵਿਨੇਸ਼ ਫੋਗਾਟ, ਸਾਕਸ਼ੀ ਮਲਿਕ, ਸੰਗੀਤਾ ਫੋਗਾਟ, ਸਤਿਆਵਰਤ ਕਾਦਿਆਨ ਅਤੇ ਜਤਿੰਦਰ ਕਿਨਾ ਸ਼ਾਮਿਲ ਨੇ। ਇਹਨਾਂ ਸਾਰਿਆਂ ਦੇ ਨਾਮ ਓਲੰਪਿਕ ਕੌਂਸਲ ਆਫ ਏਸ਼ੀਆ ਨੂੰ ਸਟੈਂਡ ਬਾਈ ਖਿਡਾਰੀਆਂ ਦੇ ਵਜੋਂ ਭੇਜੇ ਜਾਣਗੇ। ਇਸ ਤੋਂ ਬਾਅਦ 8 ਤੋਂ 10 ਅਗਸਤ ਦਰਮਿਆਨ ਇਹਨਾਂ ਚੋਟੀ ਦੇ ਪਹਿਲਵਾਨਾਂ ਦੇ ਲਈ ਵੱਖਰੇ ਤੌਰ 'ਤੇ ਟ੍ਰਾਇਲ ਹੋਣਗੇ।